ਤਾਂ ਅਸੀਂ ਕਿਸੇ ਵੀ ਪਾਰਟੀ 'ਚ ਜਾਂਦੇ ਹਾਂ, ਅੱਜ ਅਕਾਲੀ ਹੈ, ਕੱਲ੍ਹ ਨੂੰ ਕਾਂਗਰਸੀ, ਪਰਸੋਂ ਨੂੰ ਆਮ ਆਦਮੀ ਪਾਰਟੀ, ਉਸ ਤੋਂ ਬਾਅਦ ਬਸਪਾ ਪਾਰਟੀ 'ਚ, ਕਾਮਰੇਡਾਂ 'ਚ, ਕਿ ਅਸੀਂ ਆਪਣਾ ਸਰੂਪ ਤਿਆਗ ਦਿੰਦੇ, ਅਸੀਂ ਆਪਣਾ ਧਰਮ ਤਿਆਗ ਦਿੰਦੇ। ਜਿਹੜੇ ਵੀ ਜਾਂਦੇ ਨੇ ਗੁਰੂ 'ਤੇ ਉਹਨਾਂ ਹੀ ਭਰੋਸਾ ਕਰਦੇ, ਉਤਰਾ ਹੀ ਮੱਥਾ ਟੇਕਦੇ, ਉਤਰਾ ਹੀ ਸੁੱਖਣਾ ਸੁੱਖਦੇ। ਅਤੇ ਇਹ ਤੁਸੀਂ ਜੇ ਗੁਰੂ 'ਤੇ ਇੰਨਾ ਭਰੋਸਾ, ਗੁਰੂ ਨੇ ਸਾਨੂੰ ਧਰਮ ਦਿੱਤਾ ਅਤੇ ਗੁਰੂ ਦੀ ਸੋਚ ਨੂੰ ਬਚਾਉਣ ਲਈ ਆਪਣਾ ਯੋਗਦਾਨ ਪਾਓ, ਇੱਕ ਹੋ ਜਾਓ ਧਰਮ ਨੂੰ ਬਚਾਉਣ ਲਈ, ਧਰਮ ਨੂੰ ਧਰਮੀਆਂ ਦੇ ਹੱਥ 'ਚ ਦਿਓ, ਇਹ ਬਿਜ਼ਨਸਮੈਨਾਂ ਦੇ ਹੱਥ 'ਚ ਨਾ ਦਿਓ, ਤਾਂ ਸਾਡਾ ਫਾਇਦਾ ਹੋਊਗਾ। ਤਾਂ ਅੱਜ ਸਾਡੀ ਕੌਮ ਜਿਹੜੀ ਆ, ਸਾਡੀ ਕੌਮ ਦੇ ਗਰੀਬ ਬੱਚੇ ਜਿਹੜੇ ਨੇ, ਉਹਨਾਂ ਨੂੰ ਮੈਰਿਟ ਦੇ ਹਿਸਾਬ 'ਤੇ ਜਿੰਨਾ ਪੜ੍ਹਾਈ ਕਰ ਸਕਦੇ ਕਰਨ। ਗੁਰੂ ਘਰ 'ਚ ਕੋਈ ਕਮੀ ਨਹੀਂ ਪੈਸੇ ਦੀ, ਕੋਈ ਗਰੀਬ ਵਿਧਵਾ ਹੋਊਗੀ ਉਹਦੇ ਕੋਲ ਕਮਾਈ ਦਾ ਕੋਈ ਸਾਧਨ ਨਹੀਂ, ਨੇੜੇ ਦੇ ਗੁਰਦੁਆਰੇ 'ਚੋਂ ਜਿੰਨਾ ਮਰਜ਼ੀ ਰਾਸ਼ਨ ਛਕਣ ਬੱਚੇ ਉਹਨਾਂ ਦੇ ਛਕਣ, ਜਿੰਨੀ ਦੇਰ ਜਵਾਬ ਨਹੀਂ ਹੁੰਦੇ, ਕੋਈ ਘਾਟਾ ਨਹੀਂ ਪੈਂਦਾ। ਕੋਈ ਸਾਡਾ ਪੰਜਾਬ ਦਾ ਵਾਸੀ ਬਿਮਾਰ ਹੋ ਜਾਵੇ, ਪੈਸਾ ਨਾ ਹੋਵੇ, ਅਤੇ ਗੁਰੂ ਰਾਮਦਾਸ ਜੀ ਦੇ ਨਾਂ ਦੇ ਹੋਸਪਿਟਲ ਦੇ ਵਿੱਚ ਉਹਦਾ ਫ੍ਰੀ ਇਲਾਜ ਹੋਵੇ, ਇਹ ਗੁਰੂ ਨਾਨਕ ਸਰਕਾਰ ਦੇ ਇਹ ਫਾਇਦੇ ਨੇ। ਭੁੱਖੇ ਨੂੰ ਲੰਗਰ ਮਿਲੇ, ਯਾਤਰੀ ਨੂੰ ਕਮਰਾ ਮਿਲੇ ਰਾਤ ਨੂੰ ਰਹਿਣ ਨੂੰ, ਅੰਮ੍ਰਿਤ ਵੇਲੇ ਉਹ ਇਸ਼ਨਾਨ ਕਰਕੇ ਗੁਰੂ ਦੇ ਦੀਦਾਰ ਕਰਕੇ। ਅੱਜ ਟੂਰਿਸਟ ਫੂਡ ਸਪੋਰਟ ਬਣਿਆ ਹੋਇਆ ਅੰਮ੍ਰਿਤਸਰ, ਅੱਜ ਸੈਲਫੀਆਂ ਲੈ ਕੇ ਜੋੜੇ ਫੋਟੋ ਖਿਚਾ ਕੇ ਜਾਂਦੇ ਨੇ, ਬਾਹਰੋਂ ਬੀਬੀਆਂ ਉਹਦੀਆਂ ਸਾੜੀਆਂ ਸਮੇਤ ਵੜ ਜਾਂਦੀਆਂ ਸਰੋਵਰ 'ਚ, ਚੂੜੇ ਲੈ ਲੈ ਵਿੱਚੇ ਥੁੱਕਦੀਆਂ। ਤੋ ਸਾਡਾ ਨੁਕਸਾਨ ਹੋ ਰਿਹਾ ਬਹੁਤ ਜ਼ਿਆਦਾ।